अगर आपने हमारे चैनल को सब्सक्राइब नहीं किया है तो इसे सब्सक्राइब कर लें। ਜਿਹੜੇ 6 ਉਹਨਾਂ ਦੇ ਮੈਂਬਰਸ ਨੂੰ ਅਰੈਸਟ ਕਰ ਲਿਆ। ਇਨਫੋਰਮੇਸ਼ਨ ਇਹ ਸੀ ਕਿ ਇਹ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ। ਸੋ ਉਹ ਗੈਂਗ ਦੇ 6 ਮੈਂਬਰ ਕੁੱਲ ਤਕਰੀਬਨ ਉਹਨਾਂ ਦੇ ਵਿੱਚ 11 ਮੈਂਬਰ ਨੇ ਅਤੇ ਇਹ ਜਿਵੇਂ ਆਮ ਆਪਾਂ ਦੇਖਿਆ ਕਿਤੇ ਜਦੋਂ ਰਾਹਗੀਰ ਨੂੰ ਜਾਂਦੇ ਹਾਂ ਕਿਸੇ ਦਾ ਮੋਟਰਸਾਈਕਲ ਰੋਕ ਲਿਆ, ਗੱਡੀ ਖੋਹ ਲਈ, ਮੋਬਾਈਲ ਖੋਹ ਲਿਆ, ਪੈਸੇ ਖੋਹ ਲਏ, ਹੈ ਤਾਂ ਉਹ ਛੋਟੀਆਂ ਵਾਰਦਾਤਾਂ ਨੇ ਲੇਕਿਨ ਬੜੀਆਂ ਹੀ ਉਹਦੀਆਂ ਜਿਹੜੀਆਂ ਲੋਕਾਂ ਦੇ ਵਿੱਚ ਡਰ ਦਾ ਇੱਕ ਮਾਹੌਲ ਸੀਗਾ। ਪਿਛਲੇ ਸਮੇਂ ਦੇ ਵਿੱਚ ਇਹੋ ਜਿਹੀਆਂ ਵਾਰਦਾਤਾਂ ਹੋਈਆਂ, ਉਹਦੇ ਉਹ ਗੈਂਗ ਦੀ ਇਨਫੋਰਮੇਸ਼ਨ ਮਿਲੀ CIA ਇੰਸਪੈਕਟਰ ਰਜਿੰਦਰ ਕੁਮਾਰ ਨੂੰ। ਉਹਨਾਂ ਨੇ ਆਪਣੇ SPD ਔਰ SSP ਸਾਹਿਬ ਦੀ ਰਹਿਨੁਮਾਈ ਥੱਲੇ ਇੱਕ ਪਰਚਾ ਦਿੱਤਾ, ਪਹਿਲਾਂ ਹੀ ਅਸੀਂ ਦੇ ਲਿਆ ਸੀਗਾ ਇਨਫੋਰਮੇਸ਼ਨ 'ਤੇ, FIR ਨੰਬਰ 201 ਤੁਹਾਡੇ ਇਹਦੇ ਇਨਫੋਰਮੇਸ਼ਨ ਪੂਰੀ ਦਿੱਤੀ ਹੋਈ ਹੈ। ਥਾਣਾ ਨਥਾਣਾ ਦੇ ਵਿੱਚ ਅਸਲਾ ਐਕਟ ਥੱਲੇ 399-402 ਔਰ ਉਸ ਗੈਂਗ ਦੇ 6 ਮੈਂਬਰਾਂ ਨੂੰ ਅਰੈਸਟ ਕਰ ਲਿਆ ਔਰ ਅਰੈਸਟ ਕਰਕੇ ਉਹਨਾਂ ਦੀ ਪੁੱਛਗਿੱਛ 'ਚੋਂ ਇੱਕ ਵੈਪਨ 315 ਬੋਰ ਪਲੱਸ ਲਾਈਵ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਪਲੱਸ ਏਅਰ ਗਨ ਪਲੱਸ 4 ਜਿਹੜੇ ਮਾਰੂ ਹਥਿਆਰ ਔਰ ਕੁਝ ਜਿਹੜੇ ਸੀਗੇ ਜਿਹੜੇ ਟਕੂਆ ਹੋ ਗਿਆ ਹੋਰ ਇਹੋ ਜਿਹੇ ਜਿਹਦੇ ਨਾਲ ਉਹਨਾਂ ਨੇ ਤਕਰੀਬਨ ਹੁਣ ਤੱਕ ਦੀ ਜਿਹੜੀ ਪੁੱਛਗਿੱਛ ਦੇ ਵਿੱਚ 14 ਵਾਰਦਾਤਾਂ ਜਿਹੜੀਆਂ ਮੰਨੀਆਂ ਨੇ, ਜਿਹਦੇ ਵਿੱਚ ਕੋਈ ਕਿਸੇ ਦਾ ਮੋਬਾਈਲ ਖੋਹ ਲਿਆ, ਕਿਸੇ ਤੋਂ ਪੈਸੇ ਖੋਹ ਲਏ ਔਰ ਕੋਈ ਮੋਬਾਈਲ ਇਸ ਤੋਂ ਇਲਾਵਾ ਮੋਟਰਸਾਈਕਲ ਖੋਹ ਲਿਆ। ਸੋ ਇਹ ਇੱਕ ਤਾਂ ਇਹ ਗੈਂਗ ਦੇ ਜਿਹੜੇ ਅਸੀਂ ਇਹ 6 ਮੈਂਬਰ ਅਰੈਸਟ ਕਰ ਲਏ ਆ, ਉਸ ਤੋਂ ਫਰਦਰ ਵੀ ਪੁੱਛਗਿੱਛ ਹੋ ਰਹੀ ਹੈ ਔਰ ਬਾਕੀ ਵੀ ਜਿਹੜੇ ਉਹਨਾਂ ਦੇ ਕੋਈ ਹੋਰ ਮੈਂਬਰ ਹੋਣਗੇ। ਲਗਭਗ 4-5 ਮੈਂਬਰ ਉਹਨਾਂ ਦੇ ਨਾਲ ਹੋਰ ਸੀ, ਇੱਕ ਗੈਂਗ ਬਣਿਆ ਹੋਇਆ ਸੀਗਾ ਜਿਹੜਾ ਕਿ ਇਸ ਆਪਣੇ ਏਰੀਏ ਦੇ ਵਿੱਚ ਸਰਗਰਮ ਸੀਗਾ ਔਰ ਰਾਤ ਵੇਲੇ ਰਾਤ ਬਰਾਤੇ ਇਹੋ ਜਿਹੀਆਂ ਲੁੱਟਾਂ ਖੋਹਾਂ ਦੀ ਇਲਜ਼ਾਮ ਦਿੰਦਾ ਸੀਗਾ। ਸੈਕਿੰਡ ਫੇਅਰ ਇਨਫੋਰਮੇਸ਼ਨ ਮਿਲੀ, ਉਹ ਵੀ CIA ਦੇ ਵਿੱਚ ਸਾਡੇ SPD ਦੀ ਰਹਿਨੁਮਾਈ ਥੱਲੇ SSP ਸਾਹਿਬ ਦੇ ਨਿਰਦੇਸ਼ਾਂ ਦੇ ਉੱਤੇ। ਇਹਨਾਂ ਦੇ ਇਹ ਜਿਹੜਾ ਗੈਂਗ ਹੈਗਾ ਇਹ ATMs ਜਿਹੜੇ ਨੇ ਖਾਸ ਕਰਕੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਨੂੰ ਹਿੱਟ ਕਰਦਾ ਸੀਗਾ। ਉਹਦੇ ਵਾਸਤੇ ਇਹਨਾਂ ਨੇ ਆਪਣਾ ਗੈਸ ਕਟਰ ਰੱਖੇ ਹੋਏ ਸੀਗੇ। ਗੈਸ ਕਟਰ ਦੇ ਨਾਲ ਉਸ ਜਿਹੜੇ ATM 'ਚੋਂ ਉਹਨੂੰ ਕੱਢਣ ਵਾਸਤੇ ਜਾਂ ਕਿਸੇ ਬੈਂਕ ਦੇ ਲੋਕਰ ਨੂੰ ਤੋੜਨ ਵਾਸਤੇ ਰੱਖੇ ਸੀ। ਇਹਦੇ ਵੀ ਜਿਹੜੇ 4 ਮੈਂਬਰ ਜਿਹੜੇ ਆ ਉਹ ਅਰੈਸਟ ਕਰ ਲਏ ਆ ਔਰ 4 ਦੀ ਹੁਣ ਪੁੱਛਗਿੱਛ ਹੋ ਰਹੀ ਹੈ। ਉਹਨਾਂ ਦੀ ਨਿਸ਼ਾਨਦੇਹੀ ਦੇ ਉੱਤੇ ਵੀ ਸਾਨੂੰ ਉਹਨਾਂ ਤੋਂ ਵੈਪਨ ਮਿਲਿਆ ਔਰ ਜਿਹੜੀ ਉਹਨਾਂ ਦੀਆਂ ਲੁੱਟਤੀ ਕੁਛ ਪੈਸੇ ਵੀ ਮਿਲੇ ਹੈ ਔਰ ਹੋਰ ਉਹਨਾਂ ਤੋਂ ਜਿਹੜੇ ਗੱਡੀਆਂ ਵਗੈਰਾ ਮੋਟਰਸਾਈਕਲ ਵਗੈਰਾ ਉਹ ਵੀ ਬਰਾਮਦ ਹੋਏ ਨੇ। ਔਰ ਇਹਦੇ ਵਿੱਚ ਖਾਸ ਗੱਲ ਇਹ ਹੈ ਕਿ ਇਹਨਾਂ ਨੇ ਕੁਝ ਵਾਰਦਾਤਾਂ ਮੁਕਤਸਰ ਸਾਹਿਬ ਉੱਥੇ ਦੀਆਂ ਵੀ ਮੰਨੀਆਂ, ਉੱਥੇ ATM ਵਗੈਰਾ ਲੁੱਟੇ ਸੀ ਔਰ ਟੋਟਲ ਤਕਰੀਬਨ 10,000 ਮਤਲਬ ਹੁਣ ਤੱਕ ਦੀ ਜਿਹੜੀ ਪੁੱਛਗਿੱਛ ਹੈ ਇਹਨਾਂ ਨੇ ਮੰਨੀਆਂ ਔਰ ਹੁਣ ਇਹਨਾਂ ਦਾ ਰਿਮਾਂਡ ਲਿਆ, ਹੋਰ ਫਰਦਰ ਜਿਹੜੀ ਹੈ ਇਨਵੈਸਟੀਗੇਸ਼ਨ ਹੋਏਗੀ। ਸੋ ਕੁੱਲ ਮਿਲਾ ਕੇ 6+4 10 ਮੈਂਬਰਸ, 2 ਗੈਂਗ ਔਰ ਵੈਪਨ ਮੋਟਰਸਾਈਕਲ ਇਹਨਾਂ ਤੋਂ ਜਿਹੜੇ ਉਹਨਾਂ ਦੀ ਰਿਕਵਰੀ ਹੋਈ ਹੈ ਉਹ ਹੁਣ ਤੱਕ ਦੀ ਜਿਹੜੀ ਸਾਡੀ ਇਹ ਰਿਕਵਰੀ। ਸਰ ਇਹ ਇੱਥੋਂ ਦੇ ਹੀ ਰਹਿਣ ਵਾਲੇ ਨੇ, ਜਿਵੇਂ ਪੁੱਛੋ ਕਲਾਂ ਦੇ ਹੈਗੇ ਆ, ਕੁਛ ਦਿਆਲਪੁਰ ਹੈਗੇ ਆ, ਬਠਿੰਡਾ ਡਿਸਟ੍ਰਿਕਟ ਦੇ ਆ ਪਿੰਡਾਂ ਦੇ, ਪੁੱਛੋ ਦੇ ਹੋ ਗਏ, ਕਲਿਆਣਪੁਰ ਦੇ ਹੋ ਗਏ। ਹਾਂਜੀ, ਉਹ ਡਿਟੇਲ ਦਿੱਤੀ ਹਰ ਦੋਵਾਂ ਗੈਂਗ। ਦੇਖੋ ਇਹਨਾਂ ਦੇ ਤਕਰੀਬਨ ਜਿਹੜੇ FIR ਅਸੀਂ ਜਿਹੜੀਆਂ ਹੁਣ ਕਢਾ ਰਹੇ ਹਾਂ, ਤਕਰੀਬਨ 20 FIR ਤਾਂ ਆਲਰੇਡੀ ਡਿਫਰੈਂਟ ਜਗ੍ਹਾ ਦੇ ਵਿੱਚ ਹੋਈਆਂ। ਕਿਉਂਕਿ ਜਦੋਂ ਤੁਸੀਂ ਕੋਈ ਕਈ ਤਾਂ FIR ਹੁੰਦੀਆਂ ਨੇ ਕਿ ਛੋਟਾ ਮੋਟ ਖੋਹ ਲਿਆ 15,000-14,000, ਕਈ ਅਨਰਿਪੋਰਟਡ ਵੀ ਸੀਗੀਆਂ, ਉਹ ਵੀ ਵਿੱਚ ਹੈਗੀਆਂ ਨੇ, ਕੁਝ ਰਿਪੋਰਟਡ ਸੀਗੀਆਂ। ਸੋ 20 ਜਿਹੜੀਆਂ ਇਸ ਟਾਈਪ ਦੀਆਂ ਨੇ। ਜਿਹੜਾ ਤੁਹਾਡਾ ਗੈਂਗ ਹੈਗਾ ATM ਦਾ, ਉਹ ਮੁਕਤਸਰ ਸਾਹਿਬ ਤੋਂ ਉਹਨਾਂ ਨੇ 3.5 ATM ਹੀ ਪੁੱਟ ਕੇ ਲੈ ਹੀ ਗਏ ਸੀਗੇ। ਉਹ ਵੱਡੀ ਵਾਰਦਾਤ ਹੈ, ਉਹ ਹੁਣ ਅਸੀਂ ਰਿਕਵਰ ਕਰਾਂਗੇ। ਇੱਕ ਬੈਂਕ ਦੇ ਵਿੱਚ ਗਏ, ਉੱਥੇ ਉਹ 2-3 ਜਗ੍ਹਾ ਤਾਂ ਇਹਨਾਂ ਨੇ ਅਟੈਂਪਟ ਕੀਤੀ, ਨਹੀਂ ਹੋਇਆ। ਉਹਨਾਂ ਦੇ ਮੋਬਾਈਲ ਪਲੱਸ ਉਹਨਾਂ ਦਾ ਜਿਹੜਾ ਲੈਪਟਾਪ ਹੁੰਦੇ ਉਹ ਚੁੱਕ ਲਏ, ਮੁੜ ਕੇ ਇਹਨਾਂ ਨੇ ਸੁੱਟ ਦਿੱਤੇ, ਉਹ ਵੀ ਅਸੀਂ ਰਿਕਵਰ ਕਰ ਰਹੇ ਹਾਂ। ਸੋ ਕੁੱਲ ਮਿਲਾ ਕੇ ਇਹ ਜਿਹੜੇ ਦੋਵੇਂ ਗੈਂਗ ਨੇ, ATM ਵਾਲਾ ਵੀ ਔਰ ਸਨੈਚਿੰਗ ਵਾਲਾ ਵੀ,
ਸਨੈਚਿੰਗ ਵੀ ਰਿਵਾਲਵਰ ਦਿਖਾ ਕੇ ਪਿਸਟਲ ਦਿਖਾ ਕੇ ਲੁੱਟਣ ਵਾਲਾ ਮਤਲਬ ਜੋ ਚੀਜ਼ ਮਿਲੀ ਜੋ ਕਿਸੇ ਦੇ ਪੋਕਿਟ 'ਚ ਹੋਇਆ ਜੋ ਉਹਦੇ ਹੋਇਆ ਉਹ ਹੈ ਲੇਕਿਨ ਇਹ ਕਿ ਇਹਦੇ ਨਾਲ ਇਹ ਹੈ ਕਿ ਅੱਜ ਜਿਹੜਾ ਹੈ ਇੱਕ ਜਿਹੜਾ ਇਹ ਕਿਉਂਕਿ ਵਾਰਦਾਤ ਜਦੋਂ ਜਿਹਨੂੰ ਹੁੰਦੀ ਉਹ ਤਾਂ ਉਹਦੇ ਵਾਸਤੇ ਤਾਂ ਬਹੁਤ ਵੱਡੀ ਹੈ ਔਰ ਉਹ ਜਿਹੜਾ ਇਹਦੇ ਨਾਲ ਕਾਫੀ ਵੱਡੀ ਜਿਹੜੀ ਹੈ ਇਲਾਕੇ 'ਚ ਉਹ ਠੱਲ ਪੈ ਗਈ ਕਿਉਂਕਿ ਇੰਨੇ ਬੰਦੇ ਜਿਹੜੇ ਹੈ ਮੈਂ ਕਹਿੰਦਾ ਜਿੱਥੋਂ ਤੱਕ ਸਵਾਲ ਹੈ ਪੈਸਾ ਇਹਨਾਂ 'ਚੋਂ ਦੇਖੋ ਹੁਣ ਤੱਕ ਦੀ ਜਿਹੜੀ ਮੁੱਢਲੀ ਪੁੱਛਗਿੱਛ ਤੋਂ ਇਹ ਲੱਗਿਆ ਕਿ ਇਹ ਨਸ਼ੇ ਕਰਨ ਦੇ ਆਦੀ ਸੀਗੇ ਇਹ ਜਿਹੜਾ ਜਿਹੜਾ ਹੈਗਾ ਤੁਸੀਂ ਜਿਹੜੇ ਇਹਨਾਂ ਦੇ ਖਾਸ ਕਰਕੇ ਜਿਹੜਾ ਲੁੱਟਾ ਖੋਹਾਂ ਕਰਨ ਵਾਲਾ ਇਹਨਾਂ ਦਾ ਨਸ਼ੇ ਦੇ ਵਿੱਚ ਮਤਲਬ ਨਸ਼ਾ ਕੰਜਮਸ਼ਨ ਦੇ ਵਿੱਚ ਹੈ ਬਾਕੀ ਹੈ ਕਿ ਜਿਵੇਂ ਹੁਣ ਤੁਸੀਂ 15,000 ਲੁੱਟ ਲਿਆ 20,000 ਲਿਆ ਕਿਸੇ ਦਾ ਮੋਬਾਈਲ ਖੋਹ ਲਿਆ ਕਿਸੇ ਦਾ ਮੋਟਰਸਾਈਕਲ ਖੋਹ ਲਿਆ ਉਹ ਵੇਚਿਆ ਅਤੇ ਆਪਣਾ ਨਸ਼ਾ ਕਰ ਲਿਆ ਸਰ ਜਿਹੜਾ ਜੱਸੂ ਗੈਂਗ ਹੈ ਇਹ ਤਾਂ ਪਹਿਲਾਂ ਥੋੜ੍ਹਾ ਚਿਰ ਪਹਿਲਾਂ ਵੀ ਇਹ ਪਰਚਾ ਹੋਇਆ ਸੀ ਇੱਥੇ ਪ੍ਰੈਸ ਕਾਨਫਰੰਸ ਹੋਈ ਸੀ ਇਹਨੂੰ ਭੇਜਿਆ ਸੀ ਅੰਦਰ ਹੋਰ ਕੋਈ ਤੁਸੀਂ ਇੱਕ ਕੰਪਰੋਮਾਈਜ਼ ਹੋ ਰਹਾ ਨਾ ਵੀ ਇਹਨਾਂ ਦੀ ਜਲਦੀ ਵੇਚ ਤਾਂ ਲਈ ਕੰਮ ਤਾਂ ਦੇਖੋ ਇਹਨਾਂ ਨੇ ਜਿਹੜੇ ਕ੍ਰਿਮੀਨਲ ਹੈਗਾ ਕਰਨ ਦੇ ਸਾਡਾ ਕੰਮ ਹੈ ਉਹਨੂੰ ਫੜੀ ਜਾਣਾ ਔਰ ਚੰਗੀ ਤਰ੍ਹਾਂ ਅੰਦਰ ਦੇਣਾ ਠੀਕ ਹੈ ਨਾ ਔਰ ਸਖਤੀ ਦੇ ਨਾਲ ਕਰਕੇ ਕਿਉਂਕਿ ਅਲਟੀਮੇਟਲੀ ਤਾਂ ਕ੍ਰਿਮੀਨਲ ਜਿਹੜਾ ਹੈਗਾ ਉਹਦੇ 'ਤੇ ਹੀ ਸਾਡਾ ਤਾਂ ਪਹਿਲੀ ਡਿਊਟੀ ਹੈ ਨਾ ਕ੍ਰਿਮੀਨਲ ਨੂੰ ਅਰੈਸਟ ਕਰਨਾ ਕਰਾਉਣਾ ਔਰ ਤੁਹਾਨੂੰ ਆਪਣੀ ਲਾਸਟ ਪ੍ਰੈਸ ਕਾਨਫਰੰਸ ਵੀ ਆਪਾਂ ਇਹ ਗੱਲ ਕੀਤੀ ਸੀਗੀ ਕਿ ਸਾਡਾ ਤਾਂ ਮਕਸਦ ਹੀ ਹੈ ਕਿ ਜਿਹੜਾ ਕ੍ਰਾਈਮ ਕ੍ਰਿਮੀਨਲ ਨੂੰ ਜਿਹੜੀ ਉਹਨੂੰ ਠੱਲ ਪਾਉਣੀ ਪ੍ਰੋਫੈਸ਼ਨਲ ਇਹ ਉਮਰ 28-30-32 ਸਾਲ ਦੇ ਟਾਈਪ ਮਤਲਬ ਉਸ ਕੰਮ ਕੋਈ ਪੇਂਟਰ ਦਾ ਕੰਮ ਕਰ ਲਿਆ ਦੇਖੋ ਕੋਈ ਲੇਬਰ ਦਾ ਕੰਮ ਕਰ ਲਿਆ ਕੋਈ ਇਹ ਕੋਈ ਹਾਈ ਫਾਈ ਟਾਈਪ ਨਹੀਂ ਲੇਕਿਨ ਇਹ ਹੈ ਕਿ ਜਿਵੇਂ ਤੁਸੀਂ ਪੱਲੇਦਾਰੀ ਕਰ ਲਈ ਉਹ ਕਰ ਲਿਆ ਪੇਂਟਰ ਹੈ ਹੁਣ ਉਹਨਾਂ ਬੰਦਿਆਂ ਨੇ ਸ਼ਾਮ ਨੂੰ ਇਕੱਠੇ ਹੋਏ ਨਹੀਂ ਦੇਖੋ ਇੱਦਾਂ ਮੈਂ ਪਹਿਲਾਂ ਵੀ ਇਹੋ ਜਿਹੇ ਕਾਫੀ ਕੇਸ ਅਸੀਂ ਟਰੇਸ ਕੀਤੇ ਆ ਜਦੋਂ ਪਹਿਲੀ ਰੇਂਜ ਜਲੰਧਰ ਸਭ ਤੋਂ ਵੱਡਾ ਕੇਸ ਵੀ ਉੱਥੇ ਹੋਇਆ ਲੇਕਿਨ ਨੋਰਮਲੀ ਕੀ ਹੁੰਦਾ ਕਿ ਇਹ ਜਿਹੜਾ ਤੁਹਾਡਾ ਹੁੰਦਾ ਨਾ ਗੈਸ ਕਟਰ ਦਾ ਕਿਉਂਕਿ ਲੇਬਰ ਦਾ ਕੰਮ ਕਰਦੇ ਉਹਦੇ 'ਤੇ ਪ੍ਰੈਕਟਿਸ ਕਰ ਲੈਂਦੇ ਆ ਵੀ ਕਿੰਨੇ ਮਿੰਟ ਦੇ ਵਿੱਚ ਕਿੰਨੇ ਸਕਿੰਟ ਦੇ ਵਿੱਚ ਉਹ ਗੈਸ ਦੇ ਨਾਲ ਉਹ ਕੱਟਿਆ ਜਾਂਦਾ ਸੋ ਇਹਨਾਂ ਨੇ ਉਹ ਕਟਰ ਰੱਖਿਆ ਹੋਇਆ ਸੀਗਾ ਔਰ ਕੱਟ ਕੇ ਅਤੇ ਉਹਨੂੰ ਲੈ ਜਾਂਦੇ ਸੀਗੇ ਕਈ ਜਗ੍ਹਾ 'ਤੇ ਪੁੱਲ ਹੀ ਕਰ ਲੈਂਦੇ ਸੀਗੇ ਬਸ ਨਹੀਂ ਟੈਕਨੀਕਲ ਤਾਂ ਇਹਦੇ ਵਿੱਚ ਮੈਂ ਅੱਗੇ ਇਨਵੈਸਟੀਗੇਸ਼ਨ ਕੀਤਾ ਅਸੀਂ ਇਹਨਾਂ ਦੀ ਪੁੱਛਗਿੱਛ ਵੀ ਕੀਤੀ ਹੈ ਲੇਕਿਨ ਇਹ ਟੈਕਨੀਕਲ ਤਾਂ ਹੈ ਕਿ ਇਹਨਾਂ ਨੇ ਕੋਡ ਖੋਲ੍ਹਣਾ ਹੋਵੇ ਇਹ ਕੋਡ ਤਾਂ ਖੋਲ੍ਹਦੇ ਹੀ ਨਹੀਂ ਸੀਗੇ ਜਿੱਥੇ ਤਾਂ ਕੱਚਾ ਹੈ ਉਹਨੂੰ ਤਾਂ ਪੁੱਟ ਹੀ ਲੈਣਾ ਪਿੱਛੇ ਬੰਨ੍ਹ ਕੇ ਨਾ ਸੰਗਲ ਜਾਏ ਇੱਕ ਜਿੱਦਾਂ ਹੁਣ ਮੁਕਤਸਰ ਸਾਹਿਬ ਸੀ ਸੰਗਲ ਬੰਨਿਆ ਅਤੇ ਗੱਡੀ ਦੇ ਨਾਲ ਇਹਨਾਂ ਨੇ ਖਿੱਚਤਾ ਇਹਨਾਂ ਦੇ ਅਸੀਂ ਸਕਾਰਪੀਓ ਗੱਡੀਆਂ ਵਗੈਰਾ ਵੀ ਉਹ ਬਰਾਮਦ ਕਰ ਲਈਆਂ ਹੈਗੀਆਂ ਨੇ ਉਹਦੇ ਪਿੱਛੋਂ ਬੰਨਿਆ ਅਤੇ ਖਿੱਚਤਾ ਜਿੱਥੇ ਨਹੀਂ ਹੈਗਾ ਅਤੇ ਉਹਨੂੰ ਇਹ ਵੈਲਡਿੰਗ ਜਿਹੜਾ ਕਟਰ ਦੇ ਨਾਲ ਉਹ ਗੱਡੀ ਦੇ ਵਿੱਚ ਇਹਨਾਂ ਨੇ ਰੱਖੇ ਹੁੰਦੇ ਗੈਸ ਦੇ ਉਹ ਸਿਲੰਡਰ ਦੋ ਸਿਲੰਡਰਾਂ ਨੂੰ ਮਿਕਸ ਕਰਕੇ ਉਹਦੀ ਜਿਹੜੀ ਉਹਦੀ ਜਿਹੜੀ ਗੈਸ ਕਟਿੰਗ ਆ ਮਿੰਟ ਤੋਂ ਡੇਢ ਮਿੰਟ ਦੇ ਵਿੱਚ ਉਹਨੂੰ ਕੱਟ ਦਿੰਦੇ ਨੇ ਸੋ ਉਸ ਤੋਂ ਕੱਟ ਕੇ ਅਤੇ ਉਹਦੇ 'ਚੋਂ ਪੈਸੇ ਕੱਢ ਲਏ ਮੈਂ ਦੱਸਿਆ ਨਾ ਜੀ ਮੁਕਤਸਰ ਤੋਂ ਮੁਕਤਸਰ ਸਾਹਿਬ ਦੀਆਂ ਜਿਹੜੀਆਂ ਮੰਗੇ ਉੱਥੋਂ ਏ ਟੀ ਐੱਮ ਤੋਂ ਇਹਨਾਂ ਨੇ ਕੱਢ ਲਿਆ ਉਹ 'ਚੋਂ 3.5 ਲੱਖ ਦੱਸਿਆ ਉਹ ਅਸੀਂ ਰਿਕਵਰਾਂ ਜਿਹੜੇ ਪੈਸੇ ਦਿਖਦੇ ਨੇ ਦੇਖੋ ਇਹ ਕਿ ਜਿਹੜੇ ਤਾਂ ਹੈਗੇ ਲੁੱਟਾਂ ਖੋਹਣ ਵਾਲੇ ਉਹ ਤਾਂ ਰਾਤ ਨੂੰ 9 ਵਜੇ ਤੋਂ ਬਾਅਦ ਹੀ ਹੈ ਕੋਈ ਸੁਨਸਾਨ ਜਗ੍ਹਾ ਦੇ ਉੱਤੇ ਜਿੱਥੇ ਕਿ ਕੋਈ ਨਾ ਲੰਘਦਾ ਜਾਂਦਾ ਹੋਵੇ ਉੱਥੇ ਕਰ ਲਿਆ ਇਕੱਠੇ ਹੋਏ ਵੈਪਨ ਦਿਖਾਇਆ ਨਾਲ ਤਕਵਾ ਦਿਖਾਇਆ ਅਤੇ ਉਹਦੇ ਤੋਂ ਜੋ ਉਹਦੇ ਪਰਸਨਲ ਪੁਜ਼ੀਸ਼ਨ 'ਚ ਸੀਗਾ ਉਹ ਲੈ ਲਿਆ ਉਹਦੇ 'ਤੇ ਪੈਸੇ ਵੀ ਲੈ ਲਏ ਮੋਬਾਈਲ ਵੀ ਲੈ ਲਿਆ ਅਤੇ ਉਹ ਸਾਰਾ ਪੁਜ਼ੀਸ਼ਨ 'ਚ ਲੈ ਲਿਆ ਜਿਹੜੇ ਏ ਟੀ ਐੱਮ ਵਾਲੇ ਆ ਮੋਸਟਲੀ ਜਿਹੜੇ ਅਰਲੀ ਮੋਰਨਿੰਗ ਹੈ ਜਿਵੇਂ ਉਹ ਜਾਂ ਲੇਟ ਨਾਈਟ ਜਾਂ ਅਰਲੀ ਮੋਰਨਿੰਗ ਇਸ ਟਾਈਮ ਇਹ ਵੈਪਨ ਤਾਂ ਦੇਸੀ ਟਾਈਪ ਹੈਗੇ ਨੇ ਉਹ ਬਾਕੀ ਸਾਰੀ ਇਨਵੈਸਟੀਗੇਸ਼ਨ ਹਾਲੇ ਤਾਂ ਤੁਹਾਡੇ ਨਾਲ ਰੂਬਰੂ ਹੋਏ ਆ ਹਾਲੇ ਤਾਂ ਇਹਦੇ ਕਈ ਪਹਿਲੂ ਜਿਹੜੇ ਅਸੀਂ ਦੇਖਣੇ ਆ ਬਟ ਜਿਹੜੇ ਇਹ ਇਹਨਾਂ ਦੋ ਗੈਂਗਸ ਨੂੰ ਫੜਨ ਦੇ ਨਾਲ ਇਹ ਹੈ ਕਿ ਕਾਫੀ ਜਿਹੜੀ ਹੈਗੀ ਹੈ ਉਹ ਰੋਕਥਾਮ ਦੇ ਪੋਸੀਬਿਲਟੀ ਆ ਔਰ ਅੱਗੋਂ ਵੀ ਇਹ ਜਿਹੜਾ ਹੈਗਾ ਸਾਡੇ ਜਿਹੜੇ CIA ਹੈ ਔਰ ਇਹ ਹੈ ਇਹ ਕਾਫੀ ਸਤਰਕ ਨੇ ਅਸੀਂ ਲੋਕ ਤਾਂ ਕਿ ਇਹਨਾਂ ਦੇ ਠੱਲ ਪਾਈ ਹਾਂਜੀ ਉਹ ਤਾਂ ਭੇਜਾਂਗੇ ਜੀ ਸਾਡਾ ਇੰਟਰਨਲ ਹੈਗਾ ਉਹਨਾਂ ਨੂੰ ਸ਼ਾਬਾਸ਼ੀ ਦਿਆਂਗੇ ਜਿਹੜੇ ਚੰਗੇ ਕੰਮ ਕਰਦੇ ਨੇ ਔਰ ਬੜੀ ਮਿਹਨਤ ਦੇ ਨਾਲ ਕੰਮ ਕਰ ਰਹੇ ਨੇ SPD ਬੈਠੇ ਨੇ ਇਹਨਾਂ ਦੇ ਅਸੀਂ ਲਗਾਤਾਰ SSP ਸਾਹਿਬ ਸਾਡੀਆਂ ਆਪਸ ਦੇ ਵਿੱਚ ਅਸੀਂ ਬੜਾ ਸਾਰੀਆਂ ਲਿਸਟਾਂ ਬਣਾ ਕਾਰੋਬਾਰ ਉਹ ਸਾਰਾ ਅਸੀਂ ਕਰਦੇ ਹਾਂ ਔਰ ਇਹ ਮੁੰਡੇ ਬਹੁਤ ਮਿਹਨਤ ਕਰਦੇ ਆ ਮਿਹਨਤ ਦੇ ਨਾਲ
ਇਹਨਾਂ ਨੂੰ ਅਜੇ ਸ਼ਲਾਘਾਯੋਗ ਜਿਹੜਾ ਕੰਮ ਆ ਸਰ ਜਿਹੜੇ ਤੁਸੀਂ ਦੋ ਗੈਂਗ ਕਹਿ ਰਹੇ ਹੋ ਬਣੇ ਆ ਉਹਦੇ ਵਿੱਚ ਆਪਸ ਵਿੱਚ ਸਾਰੇ ਦੋਸਤ ਸੀਗਾ ਕੋਈ ਭਰਾ ਭੂ ਵੀ ਰਿਸ਼ਤੇਦਾਰ ਨਹੀਂ ਭਰਾ ਭੂ ਨਹੀਂ ਦੋਸਤ ਯਾਰ ਸੀਗੇ ਇੱਕ ਏਰੀਏ 'ਚ ਰਹਿੰਦੇ ਜਿਵੇਂ ਏਰੀਏ 'ਚ ਆ ਗਿਆ ਪੁੱਛੋ ਮੰਡੀ ਦਾ ਹੋ ਗਿਆ ਕਲਿਆਣਪੁਰ ਦਾ ਹੋ ਗਿਆ ਇੱਕ ਦੂਜੇ ਦੇ ਵਾਕਫ ਸੀਗੇ ਅਤੇ ਉਸ ਤਰੀਕੇ ਦੇ ਨਾਲ ਰਿਮਾਂਡ ਹਾਂ ਰਿਮਾਂਡ ਵੀ ਲਿਆ चलो पहली तो गल यह है कि जेड़ा आप मेरे ख्याल जो पहली भी प्रेस कॉन्फ्रेंस की अपना तो बड़ा सिंपल सेगा कि नशा दे अगेंस्ट जीरो टॉलरेंस ऐसे कमरे से आप बैठ के किए जीरो टॉलरेंस ही है नंबर वन नंबर टू दे विच एदा असी ए एवरी डे ही इनू रिव्यू करते हैं एवरी डे नशा बहुत चिट्टा भी तो दूजा भी जेड़ा एलकोहल भी जी शराब है ये वो नजायज़ है ये दोनों एवरी डे असी रिव्यू करते हैं वीकली रिपोर्ट भी लेने आपस दे विच एस एस पी और जीओज दे नाल मीटिंग करके एदा असी बहुत जीरो टॉलरेंस भी है और क्लोज सुपरविजन दे नाल इसे करते हैं सो इहदे विच तां मतलब ये साड़ी टॉप प्रायोरिटी पहला भी सी अज भी अगे भी रहेगी और इनू प्रॉपर असी करते हैं मेरे मुताबक जिहड़ा मेरे कोल डाटा है वो असी उहदी रिकवरी वधी हैगी है घटी नहीं है क्योंकि मैं उन्होंने रिव्यू करता लेकिन यह है कि ये तो कॉन्टीन्यूअस प्रोसैस है कॉन्टीन्यूअस एफर्ट करन दी लोड़ है लोगों का सहयोग भी है और दे भी रहे हैं और इस चीज़ के उत्ते 100% साड़ी जिहड़ी है वो कंसैप्ट भी क्लीयर है विजन भी पूरी है और डायरेक्शन भी बड़े क्लस्टर क्लीयर ने महिला दस दो देखो वो फ्रेंकली स्पीकिंग कि साडा तो बड़ा सिंपल हैगा कि कोई भी किसी किस्म का भी हीनियस क्राइम है पर्टिकुलरली कोई मर्डर है रेप है या जिहड़ा भी कोई हीनियस क्राइम है उसनू असीं बहुत चंगी तरह उसकी इन्वेस्टिगेट करते हैं ये भी इन्वेस्टिगेट होता होगा और ये है कि इन्वेस्टिगेशन का टाइम लग सकता लेकिन वो सारे ही पहलू वो देखे जाते हैं जितों तक मर्डर का सवाल है साड़ी टॉप मोस्ट प्रायोरिटी ये होंगी है कि जिहड़ा भी कोई एहोजा कोई होवे कतल होवे मर्डर होवे उहदे जिहड़े कातल ने उहदे जिहड़े मुलज़म ने वो सामने आ सो ये केस दे विच भी इन्वेस्टिगेशन हैगी है बाकी पर्टिकुलरली कोई होएगा वो मैं तुहाडे जदों भी कोई इन्वेस्टिगेशन च कोई ब्रेक थ्रू होएगा वेलकम टू यू अगर आपने हमारे चैनल को सब्सक्राइब नहीं किया है तो इसे सब्सक्राइब कर लें।